ਵਾਲਾ ਅਲੀ ਦਾ ਮੰਨਣ ਵਾਲਾ ਹੈ। ਸਾਰੇ ਲੋਕ ਦੁਨੀਆਂ ਦਰਵੇਸ਼ ਫਕੀਰ ਨੂੰ ਜਾਣਦੇ ਨੇ ਕਿਉਂਕਿ ਆਸ਼ਿਕ ਨੂੰ ਕੋਈ ਆਸ਼ਿਕ ਵਾਲਾ ਆਸ਼ਿਕ ਹੀ ਜਾਣਦਾ ਹੁੰਦਾ ਹੈ। ਉਹਦਾ ਨਾਮ ਕੀ ਸੀ? ਜਨਾਬੇ ਪਹਿਲੋਲ ਦਾਣਾ ਉਹਨਾਂ ਦਾ ਨਾਮ ਸੀ। ਉਹਨਾਂ ਦਾ ਕੰਮ ਕੀ ਸੀ? ਹਰ ਵੇਲੇ ਇੱਕੋ ਹੀ ਆਵਾਜ਼ ਬੁਲੰਦ ਕਰਦੇ ਰਹਿਣਾ, ਅਲੀ ਹੱਕੇ ਅਲੀ ਸੱਚੇ, ਅਲੀ ਹੱਕੇ ਅਲੀ ਸੱਚੇ। ਤੇ ਹਰੂਨ ਰਸ਼ੀਦ ਦਾ ਦੌਰ ਸੀ। ਅਲੀ ਅਲੀ ਕਹਿਣ ਵਾਲੇ ਤੋਂ ਉਹਨੂੰ ਸਖ਼ਤ ਨਫ਼ਰਤ ਸੀ। ਲੋਕਾਂ ਆਖਿਆ, ਯਾਰ ਜੇ ਤੈਨੂੰ ਕੋਈ ਅਲੀ ਅਲੀ ਨਹੀਂ ਕਰਨ ਦਿੰਦਾ, ਬਹਿਲੋਲ ਨੂੰ ਆਖਿਆ, ਯਾਰ ਤੂੰ ਮਰ ਕਿਉਂ ਨਹੀਂ ਜਾਣਾ? ਬਹਿਲੋਲ ਕਹਿੰਦਾ, ਇਹ ਕਿਹੜੀ ਗੱਲ ਹੈ? ਆਪਣਾ ਕੱਪੜਾ ਚੱਕਿਆ ਮੁੱਖ ਤੇ, ਆਪਣੇ ਮੂੰਹ ਦੇ ਅੱਗੇ ਕੀਤਾ ਤੇ ਬਹਿਲੋਲ ਵਿਸਾਲ ਕਰ ਗਿਆ, ਪਰਦਾ ਕਰ ਗਿਆ। ਲੋਕਾਂ ਨੇ ਨਵਾ ਧਵਾ ਕੇ ਉਹਦਾ ਜਨਾਜ਼ਾ ਬਾਜ਼ਾਰ ਦੇ ਵਿੱਚ ਰੱਖ ਦਿੱਤਾ ਤੇ ਹਰੂਨ ਰਸ਼ੀਦ ਨੂੰ ਜਾ ਕੇ ਕਹਿਣ ਲੱਗੇ, ਯਾਰ ਜਿਹੋ ਜਿਹਾ ਵੀ ਸੀ ਤੇਰਾ ਕੁਝ ਲੱਗਦਾ ਸੀ, ਤੇਰਾ ਹੱਕ ਬਣਦਾ ਉਹਦਾ ਅਫਸੋਸ ਕਰਨ ਦਾ, ਝੂਠਿਆਂ ਸੱਚੀਆਂ ਚਲੇ ਜਾ, ਪਹਿਲਾਂ ਜਨਾਜ਼ਾ ਪੜ੍ਹ ਲੈ। ਬਾਜ਼ਾਰ ਦੇ ਵਿੱਚ ਜਨਾਜ਼ਾ ਪਿਆ ਤੇ ਹਰੂਨ ਰਸ਼ੀਦ ਵੀ ਆ ਗਿਆ, ਆ ਕੇ ਕਹਿਣ ਲੱਗਾ, ਯਾਰ ਯਾਰ ਗੱਲ ਮੈਂ ਦੱਸਣ ਲੱਗਾ ਕਿ ਕਿਸੇ ਨੂੰ ਮੰਨੀਦਾ ਕਿਵੇਂ। ਹਰੂਨ ਰਸ਼ੀਦ ਆ ਕੇ ਆਖਣ ਲੱਗਾ, ਯਾਰ ਬੜਾ ਦੁੱਖ ਹੋਇਆ ਤੂੰ ਮਰ ਗਿਆ, ਬੜਾ ਦੁੱਖ ਹੋਇਆ ਪਹਿਲੋਲ ਤੂੰ ਮਰ ਗਿਆ, ਭਾਵੇਂ ਪਾਗਲ ਦੁਨੀਆ ਮੰਨਣ ਵਾਲੇ ਨੂੰ ਪਾਗਲ ਦੀਵਾਨੇ ਕਹਿੰਦੀ। ਤੇ ਖੁਸ਼ੀ ਇਸ ਗੱਲ ਦੀ ਹੈ ਕਿ ਹੁਣ ਮੇਰੀ ਇਸ ਜੂਹ ਦੇ ਵਿੱਚ ਕੋਈ ਅਲੀ ਅਲੀ ਕਰਨ ਵਾਲਾ ਨਹੀਂ ਰਹਿ ਗਿਆ। ਹਲੇ ਇੰਨੀ ਗੱਲ ਹਰੂਨ ਰਸ਼ੀਦ ਦੇ ਮੂੰਹ ਦੇ ਵਿੱਚ ਸੀ, ਖੁਦਾ ਦੀ ਕਸਮ ਕਫਨ ਦੇ ਵਿੱਚੋਂ ਬਹਿਲੋਲ ਨੇ ਬਾਹ ਬਾਹਰ ਕੱਢ ਦਿੱਤੀ। ਕਹਿੰਦੇ ਲੈ ਪਏ ਹਰੂਨ ਰਸ਼ੀਦ, ਜੇ ਤੂੰ ਇਹ ਜਾਣਦਾ ਨਾ ਕਿ ਅਲੀ ਅਲੀ ਕਰਨ ਵਾਲਾ ਕੋਈ ਨਹੀਂ ਰਹਿ ਗਿਆ ਤੇ ਸਾਡਾ ਵੀ ਮਰਨ ਦਾ ਪ੍ਰੋਗਰਾਮ ਕੈਂਸਲ। ਕਫਨ ਦੇ ਵਿੱਚ ਉੱਠ ਕੇ ਬਹਿ ਗਿਆ। ਉਹ ਲੋਕ ਹੈਰਾਨ ਪਰੇਸ਼ਾਨ ਹੋ ਗਏ, ਕਹਿੰਦੇ ਯਾਰ ਉਹ ਕੱਲ ਮਰਿਆ ਹੁਣ ਜਿੰਦਾ, ਉਹ ਤੂੰ ਜਿੰਦਾ ਕਿਵੇਂ ਹੋ ਗਿਆ? ਉਹ ਕਹਿੰਦਾ ਪਾਕ ਅਲੀ ਦੇ ਮੰਨਣ ਵਾਲੇ ਆ, ਫਿਰ ਮਰ ਜਾਂਗੇ।